ਇਸ ਕਰਕੇ ਇਹੋ ਜਿਹੀਆਂ ਭੈਣਾਂ ਨੂੰ ਅਪੀਲ ਕਰਦੇ ਹਾਂ ਕਿ ਦੇਖੋ ਭੈਣੋ, ਆਪਦੇ ਘਰ ਵੀ ਵਸਾਓ ਅਤੇ ਅਗਲੇ ਦੀ ਵਸਣ ਦਿਓ, ਠੀਕ ਆ। ਗੁਰੂ ਦੀ ਹਜ਼ੂਰੀ 'ਚ ਜਿਨ੍ਹਾਂ ਨੇ ਤੁਸੀਂ ਚਾਰ ਲਾਵਾਂ ਲਈਆਂ, ਜਿਹੜੇ ਤੁਹਾਨੂੰ ਕਨੇਡਾ ਦੇ ਵਿੱਚ ਲੈ ਕੇ ਗਏ ਆ, ਤੁਹਾਨੂੰ ਐਡੀ ਵਧੀਆ ਲਗਜ਼ਰੀ ਲਾਈਫ ਦਿੱਤੀ ਜਿਹੜੇ ਬੰਦਿਆਂ ਨੇ, ਪਲੀਜ਼ ਉਹਨਾਂ ਨਾਲ ਧੋਖਾ ਨਾ ਕਰੋ। ਤੁਹਾਨੂੰ ਵਧੀਆ ਗੱਡੀਆਂ ਲੈ ਕੇ ਦਿੱਤੀਆਂ, ਐਸ਼ੋ ਆਰਾਮ ਵਾਲੀ ਤੁਹਾਡੀ ਜ਼ਿੰਦਗੀ। ਹਾਂਜੀ, ਕੀ ਹਾਲ ਚਾਲ ਨੇ ਭਰਾਵੋ, ਤੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ। ਇਸ ਕਹਾਣੀ ਦੇ ਵਿੱਚ ਇੱਕ 40 ਸਾਲਾਂ ਦੀ ਔਰਤ 52 ਸਾਲ ਦੇ ਬੰਦੇ ਨੂੰ ਆਪਦੇ ਪਿਆਰ ਦੇ ਵਿੱਚ ਕਮਲਾ ਕਰ ਦਿੰਦੀ ਹੈ, ਤੇ ਉਹ 52 ਸਾਲਾਂ ਦਾ ਬੰਦਾ ਫਿਰ ਪਿਆਰ 'ਚ ਕਮਲਾ ਹੋ ਕੇ ਕੀ ਕੀ ਕੁਝ ਕਰਦਾ, ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ। ਜਿਹੜੀ ਇਹ 40 ਸਾਲਾਂ ਦੀ ਔਰਤ ਆ, ਇਹ ਸਰੀ ਦੇ ਵਿੱਚ ਰਹਿੰਦੀ ਆ, ਕੈਨੇਡਾ ਦੇ ਵਿੱਚ ਸਰੀ ਆ, ਸਰੀ ਦੇ ਵਿੱਚ ਰਹਿੰਦੀ ਆ। ਇਹਨੂੰ ਸੇਖੋਂ ਸੇਖੋਂ ਕਹਿੰਦੇ ਆ, ਤੇ ਪੰਜਾਬ ਦੇ ਵਿੱਚ ਇਹ ਲੁਧਿਆਣੇ ਜ਼ਿਲ੍ਹੇ ਦੀ ਆ। ਬਹੁਤ ਇਹ ਗਰੀਬ ਜਿਹੇ ਪਰਿਵਾਰ ਦੇ ਵਿੱਚੋਂ ਇਹ ਔਰਤ ਸੀਗੀ। ਇਹਨੇ ਪਹਿਲਾਂ ਵਿਆਹ ਕਰਾਇਆ ਕਿਸੇ ਬੰਦੇ ਨਾਲ, ਉਹ ਬੰਦਾ ਬਿਲਕੁਲ ਵੀ ਸੋਹਣਾ ਸੁਨੱਖਾ ਨਹੀਂ ਸੀਗਾ, ਬੜਾ ਕਾਲੇ ਜਿਹੇ ਰੰਗ ਦਾ ਤੇ ਦੇਖਣ ਨੂੰ ਬਾਹਲਾ ਸੋਹਣਾ ਸੁਨੱਖਾ ਨਹੀਂ ਸੀ ਕਹਿ ਲਈਏ। ਤਾਂ ਉਹਦੇ ਨਾਲ ਇਹ ਕੈਨੇਡਾ ਦੇ ਵਿੱਚ ਚਲੀ ਜਾਂਦੀ ਆ, ਉੱਥੇ ਜਾ ਕੇ ਕੁਛ ਟਾਈਮ ਉਹਦੇ ਨਾਲ ਰਹਿੰਦੀ ਆ। ਜਦੋਂ ਇਹ ਉੱਧਰ ਜਾ ਕੇ ਵਧੀਆ ਸੈੱਟ ਹੋ ਜਾਂਦੀ ਆ, ਉਸ ਤੋਂ ਬਾਅਦ ਇਹ ਉਸ ਬੰਦੇ ਨਾਲ ਉੱਚਾ ਨੀਵਾਂ ਬੋਲਣ ਲੱਗ ਜਾਂਦੀ ਆ। ਇਸ ਦੇ ਦੌਰਾਨ ਹੀ ਉਹ ਬੰਦਾ ਵਿਚਾਰਾ ਬਿਮਾਰ ਹੋ ਜਾਂਦਾ, ਤੇ ਬਿਮਾਰ ਹੋਣ ਤੋਂ ਬਾਅਦ ਉਹ ਬੈੱਡ 'ਤੇ ਪੈ ਜਾਂਦਾ। ਕਿੰਨੇ ਸਾਲ ਹੋ ਗਏ ਉਹ ਵਿਚਾਰਾ ਬੈੱਡ 'ਤੇ ਪਿਆ ਹੋਇਆ, ਉਹਦਾ ਇਲਾਜ ਚੱਲ ਰਿਹਾ। ਇਹ ਜਨਾਨੀ ਨੇ ਕਦੇ ਆਪਦੇ ਘਰਵਾਲੇ ਦੀ ਬਾਤ ਨਹੀਂ ਪੁੱਛੀ, ਕਦੇ ਇਹ ਨਹੀਂ ਪੁੱਛਿਆ ਵੀ ਤੂੰ ਜਿਉਂਦਾ ਜਾਂ ਮਰ ਗਿਆ। ਇਹ ਆਪਦਾ ਟਿਕਟੌਕਾਂ 'ਤੇ ਰੀਲਾਂ ਪਾਉਣ ਦੇ ਵਿੱਚ ਪੂਰੀ ਮਸ਼ਹੂਰ ਆ ਉੱਥੇ। ਇਹਨੇ ਕੀ ਕਰਿਆ ਬਈ, ਇੱਕ 52 ਸਾਲਾਂ ਦਾ ਬੰਦਾ ਅਤੇ 48 ਸਾਲ ਦੀ ਉਹਦੀ ਵਾਈਫ ਹੁੰਦੀ ਆ, ਉਹ ਇੱਧਰੋਂ ਬਹੁਤ ਰਿਚ ਫੈਮਿਲੀ ਦੇ ਵਿੱਚੋਂ ਹੁੰਦੇ ਆ, ਉਹਨਾਂ ਦੇ ਬੱਚੇ ਕੈਨੇਡਾ ਗਏ ਹੁੰਦੇ ਆ, ਉੱਥੇ ਸਰੀ ਦੇ ਵਿੱਚ ਉੱਥੇ ਉਹਨਾਂ ਦੇ ਬੱਚੇ ਰਹਿੰਦੇ ਹੁੰਦੇ ਆ, ਅਤੇ ਇਹ ਆਪਦੇ ਬੱਚਿਆਂ ਦੇ ਕੋਲ ਉੱਥੇ ਜਾਂਦੇ ਆ। ਜਦੋਂ ਆਪਦੇ ਬੱਚਿਆਂ ਦੇ ਕੋਲ ਉੱਥੇ ਜਾਂਦੇ ਆ, ਉੱਥੇ ਜਾ ਕੇ ਇਹ ਆਪਦੇ ਬੱਚਿਆਂ ਦੇ ਕੋਲ ਰਹਿਣ ਦਾ ਫੈਸਲਾ ਕਰ ਲੈਂਦੇ ਆ ਵੀ ਆਪਾਂ ਹੁਣ ਆਪਦੇ ਬੱਚਿਆਂ ਕੋਲ ਰਹਿਣਾ। ਤਾਂ ਉੱਥੇ ਇਹ ਕੀ ਕਰਦੇ ਆ ਕਿ ਵਰਕ ਪਰਮਿਟ ਅਪਲਾਈ ਕਰ ਦਿੰਦੇ ਆ, ਪੈਸੇ ਧੇਲੇ ਲਾ ਕੇ। ਵਰਕ ਪਰਮਿਟ ਲੈਣ ਤੋਂ ਬਾਅਦ ਇਹ ਦੋਨੋਂ ਜਣੇ ਕੰਮ 'ਤੇ ਲੱਗ ਜਾਂਦੇ ਆ। ਜਿਹੜੀ ਵਾਈਫ ਹੁੰਦੀ ਆ ਇਹ ਦਿਨੇ ਸ਼ਿਫਟ 'ਤੇ ਜਾਂਦੀ, ਡੇ ਸ਼ਿਫਟ 'ਤੇ ਜਾਂਦੀ ਆ, ਜਿਹੜਾ ਹਸਬੈਂਡ ਹੁੰਦਾ ਉਹ ਨਾਈਟ ਸ਼ਿਫਟ 'ਤੇ ਜਾਂਦਾ ਹੁੰਦਾ। ਚਲੋ ਜੀ, ਘਰ ਵਾਲੀ ਦਿਨੇ ਕੰਮ 'ਤੇ ਗਈ, ਬੰਦਾ ਸਾਰਾ ਦਿਨ ਘਰੇ ਵਿਹਲਾ ਹੁੰਦਾ ਸੀਗਾ, 52 ਸਾਲ ਦੀ ਉਹਦੀ ਉਮਰ ਹੋਈ ਪਈ ਸੀਗੀ, ਉਹ ਵੀ ਪਤੰਦਰ ਟਿਕਟੌਕ ਦੇਖਣ ਲੱਗ ਗਈ। ਟਿਕਟੌਕ ਦੇਖਦਿਆਂ ਦੇਖਦਿਆਂ ਇਸ 40 ਸਾਲਾਂ ਦੀ ਔਰਤ ਜਿਹਨੂੰ ਸੇਖੋਂ ਸੇਖੋਂ ਕਹਿੰਦੇ ਆ, ਇਹਦੀਆਂ ਰੀਲਾਂ ਉਹਦੇ ਸਾਹਮਣੇ ਆਉਣ ਲੱਗ ਗਈਆਂ, ਅਤੇ ਇਹਨਾਂ ਦੀ ਆਪਸ ਦੇ ਵਿੱਚ ਚੈਟ ਚੂਟ ਹੋਣ ਲੱਗ ਗਈ। ਚੈਟ ਤੋਂ ਬਾਅਦ ਇਹਨਾਂ ਦੀ ਗੱਲ ਫੋਨ 'ਤੇ ਹੋਣ ਲੱਗ ਗਈ। ਚਲੋ ਜੀ, ਆਪਸ ਦੇ ਵਿੱਚ ਇਹਨਾਂ ਦੀ ਆਪਸ 'ਚ ਗਿੱਟਮਿੱਟ ਚੱਲਦੀ ਰਹਿੰਦੀ ਸੀਗੀ, ਆਪਸ 'ਚ ਮਿਲਦੇ ਗਿਲਦੇ ਵੀ ਹੁੰਦੇ ਸੀਗੇ। ਚਲੋ ਜੀ, ਘਰਵਾਲੀ ਨੂੰ ਕਾਫੀ ਟਾਈਮ ਤਾਂ ਪਤਾ ਨਹੀਂ ਲੱਗਿਆ, ਕਿਉਂਕਿ ਉਹ ਵਿਚਾਰੀ 47-48 ਸਾਲ ਦੀ ਔਰਤ ਸੀ, ਰੱਬ ਨੂੰ ਮੰਨਣ ਵਾਲੀ ਔਰਤ ਸੀਗੀ, ਬਹੁਤ ਰੱਬ ਨੂੰ ਰੱਬ ਮੰਨਦੀ ਸੀ ਵਿਚਾਰੀ। ਅਤੇ ਉਹਨੇ ਨਾਲੇ ਬੰਦਾ ਇੰਨੀ ਉਮਰ 'ਚ ਜਾ ਕੇ ਕਿੱਥੋਂ ਸੋਚਦਾ, ਬੰਦੇ ਦਾ ਦਿਮਾਗ ਸਿਆਣਾ ਹੋ ਜਾਂਦਾ, ਬੰਦਾ ਜ਼ਿੰਮੇਵਾਰੀਆਂ ਵਾਲਾ ਹੋ ਜਾਂਦਾ, ਉਹਨੂੰ ਪਤਾ ਹੁੰਦਾ ਕਿ ਮੇਰੇ ਘਰ ਦੀ ਏਜ, ਘਰਵਾਲੀ ਦੀ ਏਜ 52 ਸਾਲ ਦੀ ਆ, ਉਹਦੇ ਦਿਲ ਅਤੇ ਦਿਮਾਗ 'ਚ ਇਹ ਗੱਲ ਹੀ ਨਹੀਂ ਹੁੰਦੀ ਵੀ ਇਹਦੇ ਸੰਪਰਕ ਦੇ ਵਿੱਚ ਕੋਈ ਔਰਤ ਆ ਚੁੱਕੀ ਹੈ। ਚਲੋ ਜੀ, ਇੱਕ ਦਿਨ ਉਹ ਜਿਹੜਾ 52 ਸਾਲਾਂ ਦਾ ਬੰਦਾ ਹੁੰਦਾ, ਉਹ ਇੱਕ ਦਿਨ ਨਹਾ ਰਿਹਾ ਹੁੰਦਾ ਅਤੇ ਉਹਦਾ ਫੋਨ ਬਾਹਰ ਮੈਸੇਜ ਆ ਰਹੇ ਹੁੰਦੇ ਆ ਵਾਰ ਵਾਰ, ਤਾਂ ਉਹਦੀ ਵਾਈਫ ਦੇਖਦੀ ਵੀ ਵਾਰ ਵਾਰ ਮੈਸੇਜ ਕਿਹਦੇ ਆ ਰਿਹਾ, ਜੋ ਦੇਖਦੀ ਵੀ ਇੱਕ ਕੁੜੀ ਦੇ ਮੈਸੇਜ ਆ ਰਹੇ ਆ। ਤਾਂ ਉਸ ਤੋਂ ਬਾਅਦ ਉਹਦਾ ਘਰਵਾਲਾ ਜਦੋਂ ਨਹਾ ਕੇ ਆਉਂਦਾ ਤਾਂ ਪੁੱਛਦੀ ਵੀ ਕੌਣ ਆ, ਤਾਂ ਉਹਦਾ ਘਰਵਾਲਾ ਐਂ ਗੱਲਾਂ ਗੁੱਲਾਂ ਲਾ ਕੇ ਟਾਲ ਦਿੰਦਾ ਵੀ ਐਂ ਆ, ਜੇ ਆ ਵੋ ਆ, ਝੂਠ ਝੜ ਮਾਰ ਦਿੰਦਾ। ਪਰ ਉਹਨੂੰ ਸ਼ੱਕ ਹੋ ਜਾਂਦਾ ਵੀ ਕੋਈ ਦਾਲ 'ਚ ਕੁਛ ਨਾ ਕੁਛ ਤਾਂ ਕਾਲਾ ਹੈਗਾ। ਉਸ ਤੋਂ ਬਾਅਦ ਉਹ ਇਸ ਚੀਜ਼ ਦੀ ਪੂਰੀ ਇਨਕੁਆਇਰੀ ਕਰਨੀ ਸ਼ੁਰੂ ਕਰ ਦਿੰਦੀ ਆ, ਤਾਂ ਉਹਦੇ ਸਾਹਮਣੇ ਚੀਜ਼ ਆਉਂਦੀ ਹੈ ਵੀ ਇੱਕ 40 ਸਾਲਾਂ ਦੀ ਔਰਤ ਮੇਰੇ ਘਰਵਾਲੇ ਦੇ ਵਿੱਚ ਇਸ਼ਕ ਦੇ ਵਿੱਚ ਪੈ ਗਈ, ਵੀ ਮੇਰਾ ਘਰਵਾਲਾ ਉਹਦੇ ਪਿੱਛੇ ਕਮਲਾ ਹੋਇਆ ਫਿਰਦਾ। ਚਲੋ ਜੀ, ਜਦੋਂ ਉਸ ਔਰਤ ਨੂੰ ਫੋਨ ਕਰਦੀ ਆ ਉਹਦੀ ਵਾਈਫ, ਉਹ ਕਹਿੰਦੀ ਵੀ ਦੇਖ ਭੈਣੇ ਵੀ ਤੂੰ ਕਮ ਸੇ ਕਮ ਸ਼ਰਮ ਤਾਂ ਕਰ, ਵੀ 40 ਸਾਲ ਤੇਰੀ ਉਮਰ ਆ, 52 ਸਾਲ ਮੇਰੇ ਘਰਵਾਲੇ ਦੀ ਉਮਰ ਆ, 48 ਦੀ ਮੈਂ ਹੋਈ ਪਈ ਹਾਂ, ਸਾਡੇ ਗੱਭਰੂ ਜਵਾਨ ਬੱਚੇ ਆ, ਵੀ ਤੂੰ ਮੇਰਾ ਘਰ ਨਾ ਪੱਟ, ਵੀ ਹੋਰ ਬਹੁਤ ਬੰਦੇ ਆ, ਤੂੰ ਉੱਧਰ ਮੂੰਹ ਮਾਰ ਲਾ ਜੇ ਮਾਰਨਾ ਹੀ ਆ, ਵੀ ਮੇਰਾ ਘਰ ਨਾ ਪੱਟ। ਤਾਂ ਅੱਗੋਂ ਉਹ ਔਰਤ ਕਹਿੰਦੀ ਵੀ ਮੈਂ ਤੇਰੇ ਘਰਵਾਲੇ ਨੂੰ ਕੀ ਕਹਿੰਦੀ ਹਾਂ, ਅਸੀਂ ਤਾਂ ਜਸਟ ਫਰੈਂਡ ਆ। ਤਾਂ ਉਹ ਭੈਣ ਵਿਚਾਰੀ ਬੜੀ ਹੈਰਾਨ ਹੋਈ, ਉਹ ਕਹਿੰਦੀ
ਵੀ ਤੂੰ 40 ਸਾਲ ਦੀ, ਮੇਰਾ ਬੰਦਾ 52 ਸਾਲਾਂ ਦਾ, ਵਿਆਹਿਆ ਵਰਿਆ ਗੱਭਰੂ ਜਵਾਨ ਸਾਡੇ ਬੱਚੇ ਆ, ਤੇਰੇ ਵੀ ਬੱਚੇ ਗੱਭਰੂ ਹੋਣਗੇ, ਵੀ ਇੰਨੀ ਉਮਰ ਦੇ ਵਿੱਚ ਜਾ ਕੇ ਜਸਟ ਫਰੈਂਡ ਕੌਣ ਹੁੰਦਾ? ਠੀਕ ਆ, ਜਦੋਂ ਬੱਚੇ ਕਾਲਜ ਯੂਨੀਵਰਸਿਟੀਆਂ 'ਚ ਪੜ੍ਹਦੇ ਆ ਉਦੋਂ ਕੁੜੀਆਂ ਮੁੰਡੇ ਆਪਸ ਦੇ ਵਿੱਚ ਜਸਟ ਫਰੈਂਡ ਹੁੰਦੇ ਆ, ਬਟ ਇੰਨੀ ਉਮਰ ਦੇ ਵਿੱਚ ਜਾ ਕੇ ਕਿਹੜਾ ਜਸਟ ਫਰੈਂਡ ਹੁੰਦਾ? ਤਾਂ ਅੱਗੋਂ ਉਹ ਕੁੜੀ ਕਹਿੰਦੀ ਆ ਵੀ ਨਹੀਂ ਨਹੀਂ ਇੱਥੇ ਟ੍ਰੈਂਡ ਹੀ ਆ, ਵੀ ਉਮਰ 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 ਦਾ ਕੋਈ ਮਤਲਬ ਨਹੀਂ, ਇੱਥੇ ਜਸਟ ਫਰੈਂਡ ਹੁੰਦੇ ਹੀ ਆ। ਤਾਂ ਉਹ ਕਹਿੰਦੀ ਮੈਂ ਉਸ ਔਰਤ ਨੂੰ ਬਹੁਤ ਸਮਝਾਇਆ ਵੀ ਦੇਖ ਭੈਣੇ ਤੂੰ ਆਪਦਾ ਘਰ ਖੁਸ਼ ਰਹਿ, ਸਾਡਾ ਘਰ ਵੀ ਖੁਸ਼ੀ ਰਹਿਣ ਦੇ, ਵੀ ਆ ਜੁੜੇ ਹੱਥ ਵੀ ਸਾਨੂੰ ਕੋਈ ਲੋੜ ਨਹੀਂ ਜਸਟ ਫਰੈਂਡ ਦੀ। ਕਹਿੰਦਾ ਉਸ ਤੋਂ ਬਾਅਦ ਮੇਰਾ ਘਰ ਵਾਲੇ ਨੂੰ ਮੈਂ ਆਪਦੇ ਨੂੰ ਪੁੱਛਿਆ, ਜਦੋਂ ਉਹਦੇ ਸਾਹਮਣੇ ਸਾਰੀਆਂ ਗੱਲਾਂ ਮੈਂ ਰੱਖੀਆਂ, ਮੇਰਾ ਘਰ ਵਾਲਾ ਕਹਿੰਦੀ ਮੇਰੇ ਨਾਲ ਲੜਨ ਲੱਗ ਗਿਆ। ਕਹਿੰਦੀ ਦੇਖੋ ਬੰਦਾ 52 ਸਾਲਾਂ ਦਾ ਐਡਾ ਕੁ ਉਹਦੇ ਪਿੱਛੇ ਕਮਲਾ ਹੋ ਗਿਆ, ਉਹਦੇ ਪਿਆਰ 'ਚ ਕਨੇਡਾ ਦੇ ਵਿੱਚੋਂ ਵਰਕ ਪਰਮਿਟ ਛੱਡ ਕੇ ਫਿਰ ਦੁਬਾਰਾ ਪੰਜਾਬ ਆ ਗਿਆ, ਆਪਦੇ 2 ਬੱਚੇ ਵੀ ਉੱਥੇ ਛੱਡ ਆਇਆ, ਉਹ ਚੱਲ ਉੱਥੇ ਪਹਿਲੇ ਰਹਿੰਦੇ ਸੀਗੇ, ਆਪਦੀ ਵਾਈਫ ਨੂੰ ਉੱਥੇ ਛੱਡ ਆਇਆ ਅਤੇ ਵਰਕ ਪਰਮਿਟ ਦੇ ਇੰਨੇ ਪੈਸੇ ਲਾਏ ਅਤੇ ਸਭ ਕੁਝ ਛੱਡ ਛਡਾ ਕੇ ਪੰਜਾਬ ਆ ਕੇ ਫਿਰ ਬਹਿ ਗਿਆ। ਅਤੇ ਇੱਥੇ ਵੀ ਉਸ ਕੁੜੀ ਨਾਲ ਗੱਲਾਂ ਬਾਤਾਂ ਕਰਦਾ ਰਹਿੰਦਾ, 2-2 ਘੰਟੇ ਵੀਡੀਓ ਕਾਲਾਂ 'ਤੇ ਗੱਲਾਂ ਬਾਤਾਂ ਕਰਦਾ ਰਹਿੰਦਾ। ਕਹਿੰਦੇ ਇਹ ਨਹੀਂ ਮੈਨੂੰ ਪਤਾ ਵੀ ਸ਼ਾਇਦ ਉਹ ਵੀ ਕੈਨੇਡਾ ਤੋਂ ਇੱਥੇ ਆਈ ਹੋਵੇ ਜਾਂ ਕਿਤੇ ਦੁਬਈ ਦੁਬਈ ਵਰਗੇ ਕਿਸੇ ਹੋਰ ਕੰਟਰੀ 'ਚ ਘੁੰਮਣ ਗਏ ਹੋਣ, ਕਹਿੰਦੀ ਰੱਬ ਜਾਣਦਾ ਮੈਨੂੰ ਇਸ ਗੱਲ ਬਾਰੇ ਕੁਛ ਨਹੀਂ ਪਤਾ। ਕਹਿੰਦੀ ਹੋਰ ਵੀ ਤਾਂ ਸਹੇਲੀਆਂ ਸਹੁਲੀਆਂ ਹੈਗੀਆਂ ਨੇ, ਉਹਨਾਂ ਦਾ ਕੰਮ ਹੀ ਇਹ ਆ, ਘਰ ਵਾਲਾ ਮੰਨ ਲਿਆ ਕਿ ਬਿਮਾਰ ਆ, ਦੂਜੀਆਂ ਦੇ ਮੰਨ ਲਿਆ ਘਰ ਵਾਲੇ ਕੰਮ 'ਤੇ ਚਲੇ ਜਾਂਦੇ ਆ, ਬੱਚਿਆਂ ਨੂੰ ਸਕੂਲ ਛੱਡ ਦਿੰਦੀਆਂ ਨੇ, ਕਦੇ ਜਾ ਕੇ ਕਿਹੜੇ ਕਲੱਬ 'ਚ ਵੜ ਜਾਂਦੀਆਂ ਨੇ, ਉੱਥੇ $50 $100 ਪਿੱਛੇ ਬੜਾ ਕੁਛ ਕਰਦੀਆਂ ਨੇ। ਉਸ ਭੈਣ ਨੇ ਤਾਂ ਬਹੁਤ ਕੁਛ ਦੱਸਿਆ, ਉਹ ਗੱਲਾਂ ਹੁਣ ਮੈਂ ਤੁਹਾਨੂੰ ਬੋਲ ਕੇ ਨਹੀਂ ਦੱਸ ਸਕਦਾ, ਕਿਉਂ ਮੈਂ ਬੋਲ ਕੇ ਦੱਸੀਆਂ ਤਾਂ ਫਿਰ ਬੜਿਆਂ ਨੇ ਉਸ ਗੱਲ ਦੀ ਮਿਰਚਾਂ ਲੱਗਣੀਆਂ ਵੀ ਸੰਧੂ ਕੀ ਕਹੀ ਜਾਂਦਾ। ਉਹ ਕਹਿੰਦੀਆਂ ਵੀਰੇ ਇੱਥੇ 40-50 ਸਾਲ ਦੀਆਂ ਇਹੋ ਜਿਹੀਆਂ ਔਰਤਾਂ ਬਹੁਤ ਹੈਗੀਆਂ ਨੇ ਜਿਨ੍ਹਾਂ ਦਾ ਕੰਮ ਹੀ ਇਹ ਆ ਵੀ ਕਦੇ ਕਿੱਥੇ ਮੂੰਹ ਮਾਰ ਲਿਆ, ਕਦੇ ਕਿੱਥੇ ਮੂੰਹ ਮਾਰ ਲਿਆ, ਕਦੇ ਕਿੱਥੇ ਮੂੰਹ ਮਾਰ ਲਿਆ। ਉੱਧਰੋਂ ਹੋਰ ਵੀ ਭਰਾ ਬਹੁਤ ਫੋਨ ਕਰਦੇ ਜਿਹੜੇ ਇਹ ਗੱਲਾਂ ਦੱਸਦੇ ਹੁੰਦੇ ਆ ਵੀ ਇੱਥੇ 50-50 ਅਤੇ $100-100 ਦੇ ਵਿੱਚ ਭਰਾਵਾ ਬੜਾ ਕੁਛ ਚੱਲਦਾ, ਕਿਉਂਕਿ ਬੱਚੇ ਵੱਡੇ ਹੋ ਗਏ, ਬੱਚੇ ਸਕੂਲ ਚਲੇ ਜਾਂਦੇ ਆ, ਘਰ ਵਾਲਾ ਵਿਚਾਰਾ ਕੰਮ 'ਤੇ ਚਲਾ ਜਾਂਦਾ, ਚਲੋ ਜੀ ਪਿੱਛੋਂ 4-5 ਜਣੀਆਂ ਰਲੀਆਂ ਹੋਈਆਂ ਨੇ, ਉਹਦਾ ਘਰ ਵਾਲਾ ਬਿਮਾਰ ਆ, ਉਹ ਬੈੱਡ 'ਤੇ ਆ, ਉਹ ਹੋਸਪਿਟਲ ਦੇ ਵਿੱਚ ਆ, ਅਤੇ ਬਸ ਕਦੀ ਕਿਹੜੇ ਬੰਦੇ ਨਾਲ ਚੜ੍ਹ ਗਈਆਂ, ਕਦੇ ਕਿਹੜੇ ਬੰਦੇ ਉੱਤੇ, ਕਦੇ ਕਿਹਦੇ ਨਾਲ ਕੌਫੀ ਪੀ ਲਈ, ਕਦੀ ਕਿਹਦੇ ਨਾਲ ਪੱਬ ਕਲੱਬ 'ਚ ਆਵੜੀਆਂ, ਕਦੇ ਕਿਹਦੇ ਨਾਲ ਹੋਟਲ 'ਚ ਆਵੜੀਆਂ। ਕਹਿੰਦੀ ਇਹਨਾਂ ਦਾ ਕੰਮ ਹੀ ਇਹ ਆ। ਇਸ ਕਰਕੇ ਇਹੋ ਜਿਹੀਆਂ ਭੈਣਾਂ ਨੂੰ ਅਪੀਲ ਕਰਦੇ ਕਿ ਦੇਖੋ ਭੈਣੋ ਆਪਦੇ ਘਰ ਵੀ ਵਸਾਓ ਅਤੇ ਅਗਲੇ ਦੀ ਵਸਣ ਦਿਓ, ਠੀਕ ਆ। ਗੁਰੂ ਦੀ ਹਜ਼ੂਰੀ 'ਚ ਜਿਨ੍ਹਾਂ ਨਾਲ ਤੁਸੀਂ 4 ਲਾਵਾਂ ਲਈਆਂ, ਜਿਹੜੇ ਤੁਹਾਨੂੰ ਕੈਨੇਡਾ ਦੇ ਵਿੱਚ ਲੈ ਕੇ ਗਏ ਆ, ਤੁਹਾਨੂੰ ਐਡੀ ਵਧੀਆ ਲਗਜ਼ਰੀ ਲਾਈਫ ਦਿੱਤੀ ਜਿਹੜੇ ਬੰਦਿਆਂ ਨੇ, ਪਲੀਜ਼ ਉਹਨਾਂ ਨਾਲ ਧੋਖਾ ਨਾ ਕਰੋ, ਤੁਹਾਨੂੰ ਵਧੀਆ ਗੱਡੀਆਂ ਲੈ ਕੇ ਦਿੱਤੀਆਂ, ਐਸ਼ੋ ਆਰਾਮ ਵਾਲੀ ਤੁਹਾਡੀ ਜ਼ਿੰਦਗੀ, ਠੀਕ ਆ। ਐਵੇਂ ਹਵਸ ਦੇ ਚੱਕਰ 'ਚ ਪੈ ਕੇ ਆਪਦੀ ਇੱਜ਼ਤ ਨਾ ਰੋਲੋ ਅਤੇ ਬਗਾਨੀਆਂ ਕੁੜੀਆਂ ਦੇ ਘਰ ਵੀ ਨਾ ਪੱਟੋ। ਹਜੇ ਉੱਥੇ ਕਹਿੰਦੀ ਉਹ ਭੈਣੇ ਦੱਸਦੀ ਸੀ, ਕਹਿੰਦੀ ਇੱਥੇ ਹਜੇ ਕੁੜੀਆਂ ਤਾਂ ਫਿਰ ਵੀ ਬਹੁਤ ਸ਼ਰੀਫ ਨੇ ਕਈ, ਪਰ ਜਿਹੜੀਆਂ 40-50 ਸਾਲ ਦੀਆਂ ਔਰਤਾਂ ਨੇ ਉਹਨਾਂ ਨੂੰ ਤਾਂ ਇੱਡੀ ਕੁ ਹਵਾ ਲੱਗੀ ਹੈ ਵੀ ਗੱਲਾਂ ਹੀ ਛੱਡ ਦਿਓ, ਕਿਉਂਕਿ ਬੱਚੇ ਜਵਾਨ ਆ, ਬੱਚੇ ਸਕੂਲਾਂ 'ਚ ਰਹਿੰਦੇ, ਪੜ੍ਹਨ ਚਲੇ ਗਏ, ਘਰ ਵਾਲੇ ਕੰਮ 'ਤੇ ਚਲੇ ਗਏ, ਅਤੇ ਪਿੱਛੋਂ ਕਹਿੰਦੇ 4-5 ਜਣੀ ਚੱਕਦੀਆਂ ਨੇ ਗੱਡੀ, ਕਦੀ ਕਿਹੜੇ ਕਲੱਬ 'ਚ ਜਾਵੜੀਆਂ, ਕਦੀ ਕਿਹੜੇ ਪੱਬ 'ਚ ਜਾਵੜੀਆਂ, ਪੈਗ ਪੁੱਗ ਵੀ ਲਾਉਂਦੀਆਂ ਨੇ, ਸੂਟੇ ਸਾਟੇ ਵੀ ਲਾਉਂਦੀਆਂ ਨੇ ਅਤੇ ਝੂਟੇ ਝਾਟੇ ਵੀ ਲਈ ਜਾਂਦੀਆਂ। ਦੇਖੋ ਇੱਕ 40 ਸਾਲ ਦੀ ਜਨਾਨੀ ਦਾ ਇਸ਼ਕ 52 ਸਾਲਾਂ ਦੇ ਬੰਦੇ ਨਾਲ, ਅਤੇ 52 ਸਾਲਾਂ ਦਾ ਬੰਦਾ ਉਹਦੇ ਪਿੱਛੇ ਇੰਨਾ ਕੁ ਕਮਲਾ ਹੋ ਗਿਆ ਕਿ ਆਪਦੀ ਘਰਵਾਲੀ ਨੂੰ ਕੈਨੇਡਾ ਛੱਡ ਆਇਆ। ਉਹ ਕਹਿੰਦੀ ਤੂੰ ਜਾਨਾ ਤਾਂ ਜਾ, ਮੈਂ ਤਾਂ ਜਵਾਕਾਂ ਕੋਲ ਰਹੂੰਗੀ, ਇੱਥੇ ਹੁਣ ਵਰਕ ਪਰਮਿਟ ਲਿਆ, ਮੈਂ ਤਾਂ ਕੰਮ ਕਰੂੰਗੀ, ਮੈਂ ਤੇਰੇ ਨਾਲ ਨਹੀਂ ਜਾ ਸਕਦੀ। ਅਤੇ ਉਹ ਆਪਦੀ ਘਰਵਾਲੀ ਨੂੰ ਲੈ ਕੇ ਵੀ ਨਹੀਂ ਆਇਆ ਵੀ ਤੂੰ ਇੱਥੇ ਰਹਿ, ਵੀ ਮੈਂ ਤਾਂ ਇਕੱਲਾ ਹੀ ਰਹਿ ਲੂੰਗਾ ਇੱਥੇ ਜਾ ਕੇ। ਇੱਥੇ ਹੁਣ ਕਹਿੰਦੀ ਸਾਰਾ ਸਾਰਾ ਦਿਨ ਮੈਂ ਫੋਨ ਕਈ ਵਾਰ ਲਾਉਂਦੀ ਹਾਂ, ਫੋਨ ਦਾ ਵੇਟਿੰਗ 'ਚ ਆਉਂਦਾ। ਕਹਿੰਦੀ ਜਿਹੜਾ ਘਰ ਵਾਲਾ ਪਹਿਲਾਂ ਮੇਰੇ ਸਾਹਮਣੇ ਸਾਹ ਲੈਂਦਾ ਸੀਗਾ, ਹੁਣ ਮੈਨੂੰ ਸਿੱਧੇ ਮੱਥੇ ਮੇਰੇ ਨਾਲ ਬੋਲਦਾ ਵੀ ਨਹੀਂਗਾ। ਉਹ ਭੈਣ ਕਹਿੰਦੀ ਵੀਰੇ ਤੁਸੀਂ ਵੀਡੀਓ ਜ਼ਰੂਰ ਪਾਇਓ ਅਤੇ ਅਪੀਲ ਕਰਿਓ ਕਿ ਇਹੋ ਜਿਹੀਆਂ ਜਨਾਨੀਆਂ ਮੂਹਰੇ ਵੀ ਆਹ ਬੰਨੇ ਹੱਥ ਬਗਾਨੇ ਲੋਕਾਂ ਦੇ ਘਰ ਨਾ ਜਾੜੋ, ਬਗਾਨੇ ਬੰਦੇ ਨਾ ਪੱਟੋ, ਟਿਕਟੋਕ 'ਤੇ ਪਾ ਪਾ ਕੇ ਰੀਲਾਂ 'ਤੇ ਚੈਟਾਂ ਚੁੱਟਾਂ ਨਾ ਕਰਿਆ ਕਰੋ, ਨਾ ਘਰ ਪੱਟੋ, ਨਾ ਘਰ ਪੱਟੋ। ਗੋਰੇ ਦਾ ਫਿਰ ਵੀ ਜੇ ਤੁਸੀਂ ਗੋਰਿਆਂ ਦੇ ਕਲਚਰ ਨੂੰ ਮੰਨ ਲਓ ਫੋਲੋ ਕਰਦੇ ਹੋ, ਤਾਂ ਗੋਰਿਆਂ ਦਾ ਇੱਕ ਅਸੂਲ ਆ ਕਿ ਭਾਵੇਂ ਉਹ ਕਿਸੇ ਨਾਲ 2 ਸਾਲ ਰਿਲੇਸ਼ਨ ਦੇ ਵਿੱਚ ਰਹਿਣ ਜਾਂ 3 ਸਾਲ ਰਹਿਣ ਜਾਂ ਸਾਲ ਰਹਿਣ, ਉਹ ਜਿਹਦੇ ਨਾਲ ਰਹਿੰਦੇ ਆ ਉਹਦੇ ਨਾਲ ਹੀ ਰਹਿੰਦੇ ਆ, ਅਤੇ ਜਦੋਂ ਉਹਨੂੰ ਛੱਡਦੇ ਆ ਕਹਿ ਕੇ ਛੱਡਦੇ ਆ, ਐਂ ਨਹੀਂ ਗਾ ਆਪਣੀ ਤਰ੍ਹਾਂ ਵੀ ਇੱਕ ਟਾਈਮ ਬੰਦਾ 5-5 ਥਾਵਾਂ 'ਤੇ ਮੂੰਹ ਮਾਰੀ ਜਾਂਦਾ। ਇਹ ਕੰਮ ਗੋਰੇ ਨਹੀਂ ਕਰਦੇ, ਗੋਰੇ ਭਾਵੇਂ 5 ਵਿਆਹ ਕਰਾ ਲੈਣ, ਪਰ ਜਿਹਦੇ ਨਾਲ ਕਰਾ ਲਿਆ ਉਹਦੇ ਹੋ ਕੇ ਰਹਿਣਗੇ, ਜਾਂ ਜਿਹਦੇ ਨਾਲ ਪਿਆਰ ਪੈ ਗਿਆ ਉਹਦੇ ਨਾਲ ਰਹਿਣਗੇ, ਭਾਵੇਂ 2 ਸਾਲ ਰਹਿਣ, 3 ਸਾਲ ਰਹਿਣ, ਜਦੋਂ ਉਹਨਾਂ ਨਾਲ ਉਹ ਕੱਟ ਆਊਟ ਹੋਣਗੇ ਉਸ ਤੋਂ ਬਾਅਦ ਕਿਸੇ ਹੋਰ ਰਿਲੇਸ਼ਨ 'ਚ ਆਉਣਗੇ ਉਹ।
ਤੇ ਕਹਿੰਦੀ ਇਹਨਾਂ ਦਾ ਕੰਮ ਕੀ ਆ, ਚਾਰ ਚਾਰ ਪੰਜ ਪੰਜ ਬੰਦੇ ਪਿੱਛੇ ਲਾਏ ਹੋਏ ਆ, ਕਦੇ ਕਿਹਦੇ ਨਾਲ ਚੜ ਗਈਆਂ, ਕਦੇ ਕਿਹਦੇ ਨਾਲ ਆ ਗਈਆਂ। ਇਸ ਕਰਕੇ ਭਰਾਵੋ ਤੁਸੀਂ ਵੀ ਗੌਰ ਕਰਿਓ, ਸਰੀ ਦੇ ਵਿੱਚ ਰਹਿੰਦੀ ਆ ਤੇ ਸੇਖੋਂ ਸੇਖੋਂ ਇਸ ਕੁੜੀ ਨੂੰ ਕਹਿੰਦੇ ਆ, ਗੌਰ ਜ਼ਰੂਰ ਕਰਿਓ ਤੇ ਵੀਡੀਓ ਦੱਬ ਕੇ ਸ਼ੇਅਰ ਕਰੋ, ਵੀਡੀਓ ਤੱਕ ਪਹੁੰਚਦੀ ਕਰ ਦਿਓ ਵੀ ਦੇਖ ਭੈਣੇ ਲੋਕਾਂ ਦੇ ਘਰ ਨਾ ਪੱਟ, ਤੂੰ ਜਿਹਦੇ ਨਾਲ ਵਿਆਹੀ ਗਈ ਆ ਭਾਵੇਂ ਉਹ ਕਾਲਾ ਭਾਵੇਂ ਜਿਹੋ ਜਿਹਾ ਮਰਜ਼ੀ ਆ ਭਾਵੇਂ ਸੋਹਣਾ ਨਹੀਂ, ਉਹਦੀ ਬਣ ਕੇ ਰਹਿ ਜਿਹੜਾ ਤੈਨੂੰ ਕਨੇਡਾ ਲੈ ਕੇ ਆਇਆ, ਜਿਹਨੇ ਤੈਨੂੰ ਲਗਜ਼ਰੀ ਲਾਈਫ ਦਿੱਤੀ ਆ, ਜਿਹਨੇ ਤੈਨੂੰ ਗੱਡੀਆਂ ਲੈ ਕੇ ਦਿੱਤੀਆਂ, ਉਹਦੀ ਬਣ ਕੇ ਰਹਿ, ਠੀਕ ਆ। ਜੇ ਉਹ ਅੱਜ ਵਿਚਾਰਾ ਬੈੱਡ ਤੇ ਪਿਆ ਤਾਂ ਉਹਦਾ ਨਜਾਇਜ਼ ਫਾਇਦਾ ਨਾ ਚੱਕ, ਰੱਬ ਦੇ ਰੰਗਾਂ ਦਾ ਕੋਈ ਪਤਾ ਨਹੀਂਗਾ ਵੀ ਤੂੰ ਪਤਾ ਨਹੀਂ ਕਿੰਨੇ ਸਾਲ ਮੁੜ ਕੇ ਬੈੱਡ ਤੇ ਰਗੜਾ ਰਗੜ ਕੇ ਮਰਨਾ। ਅੱਜ ਆਪਦੇ ਘਰ ਨੂੰ ਸਾਂਭਣ ਦਾ ਟਾਈਮ, ਉਹਨੂੰ ਸਾਂਭ, ਉਹਨੂੰ ਹੋਸਪਿਟਲ ਦੇ ਵਿੱਚ ਸਿੱਟੀ ਫਿਰਦੀ ਆ, ਕਦੇ ਉਹਦੀ ਤੂੰ ਬਾਤ ਪੁੱਛਣ ਨਹੀਂ ਗਈ, ਕਦੇ ਉਹਨੂੰ ਤੂੰ ਦੇਖਣ ਤੱਕ ਨਹੀਂ ਗਈ। ਇਸ ਕਰਕੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਵੱਧ ਤੋਂ ਵੱਧ ਲੋਕਾਂ ਤੱਕ ਵੀਡੀਓ ਪਹੁੰਚਾਓ ਵੀ ਇਹੋ ਜਿਹੀਆਂ ਜਨਾਨੀਆਂ ਤੋਂ ਖਾਸ ਕਰਕੇ ਬਚ ਕੇ ਰਹੋ, ਬੜੇ ਇਹਨਾਂ ਨੇ ਘਰ ਪੱਟੇ ਆ ਤੇ ਬੜੇ ਇਹਨਾਂ ਨੇ ਘਰ ਪੱਟਣੇ ਆ। ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ।